ਆਪਣੇ ਜੀਵਨ ਦੇ ਅੰਦਰ ਐਸੀ ਇਸਤਰੀ ਤੋਂ ਸਦਾ ਬਚਾ ਰੱਖੇ ਜਿਹਨੇ ਪਤੀਵਰਤਾ ਧਰਮ ਨੂੰ ਖੰਡਿਤ ਕਰ ਦਿੱਤਾ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਸੰਤਾਨ ਤੋਂ ਹੀਣੀ ਜਿਹੜੀ ਔਰਤ ਹੈ, ਭਾਵ ਜਿਹਨੇ ਆਪਣੇ ਪਤੀ ਨਾਲ ਵਿਸ਼ਵਾਸਘਾਤ ਕੀਤਾ, ਜਿਸ ਪਤੀ ਨੇ ਆਪਣੀ ਔਰਤ ਨਾਲ ਵਿਸ਼ਵਾਸਘਾਤ ਕੀਤਾ ਹੈ, ਇਹਨਾਂ ਦੋਹਾਂ ਦੀ ਸੰਗਤ ਜਿਹੜੀ ਹੈ, ਗੁਰੂ ਸਾਹਿਬ ਕਹਿੰਦੇ ਮੇਰਾ ਖਾਲਸਾ ਤਿਆਗ ਦੇਵੇ, ਕਦੇ ਉਹਨਾਂ ਦੀ ਕੁਸੰਗਤ ਨਾ ਕਰਨਾ ਕਰੇ। ਬਿਲਮ ਦਾ ਅਰਥ ਹੁੰਦਾ ਦੇਰੀ। ਵੇਖੋ ਮਹਾਰਾਜ ਨੇ ਕਿਹਾ ਇਨਕੋ ਤਿਆਗਤ ਬਿਲਮ ਨਾ ਲਾਵੇ, ਇਹਨਾਂ ਨੂੰ ਤਿਆਗਦਿਆਂ ਹੋਇਆਂ ਦੇਰੀ ਨਾ ਲਾਵੇ। ਤੇ ਆਪਾਂ ਕੀ ਕਹਿੰਦੇ ਆ, ਨਹੀਂ ਜੀ ਸਮਾਜ ਹੈ, ਮਿਲਣਾ ਵਰਤਣਾ ਪੈਂਦਾ ਹੈ, ਕੀ ਕਰੀਏ, ਜਾਣਾ ਆਉਣਾ ਪੈਂਦਾ। ਜੇ ਇਹੋ ਜੇ ਮਨੁੱਖਾਂ ਨੂੰ ਤੁਸੀਂ ਮਿਲੋਗੇ ਤੇ ਕੀ ਮਿਲੂਗਾ, ਬਾਸਨ ਕਾਰੋ ਪਰਸੀਆ ਤਾਂ ਕੁਛ ਲੱਗਾ ਦਾਗ, ਕਾਲਾ ਬਰਤਨ ਪਰਸੋਗੇ ਤਾਂ ਕੁਝ ਨਾ ਕੋਈ ਤਾਂ ਦਾਗ ਲੱਗੂਗਾ ਹੀ ਨਾ। ਇਸ ਕਰਕੇ ਇਹੋ ਜੇ ਕੁਸੰਗੀਆਂ ਦੀ, ਇਹੋ ਜੇ ਭੈੜਿਆਂ ਦੀ ਕੁਸੰਗਤ ਕਦੇ ਨਹੀਂ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਭਾਈ ਛੱਡ ਹੀ ਦੇਣਾ ਚਾਹੀਦਾ, ਤਾਂ ਦੇਰ ਨਹੀਂ ਕਰਨੀ ਚਾਹੀਦੀ ਉਹਨਾਂ ਦਾ ਸਾਥ ਛੱਡਦਿਆਂ ਹੋਇਆ।